ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਤੇ ਵੀਰ ਜੀ ਬਹੁਤ ਵੱਡੀ ਅਪਡੇਟ ਆਈ ਹੈ ਹੁਣੇ-ਹੁਣੇ ਇਹ ਅਪਡੇਟ ਆ ਚੁੱਕੀ ਆ ਤੇ ਵੀਰ ਜੀ ਸਾਰੀ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਜ਼ਰੂਰ ਕਰ ਦਿਓ ਤੇ ਵੀਰ ਜੀ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਦਾ 30 ਮਈ ਨੂੰ ਟੈਸਟ ਸੀ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਵੀਰ ਜੀ ਬਹੁਤ ਹੀ ਵੱਡੀ ਅਪਡੇਟ ਹੁਣੇ-ਹੁਣੇ ਆ ਚੁੱਕੀ ਆ ਕਿ ਇੰਡੀਅਨ ਆਰਮੀ ਦਾ ਜਿਹੜਾ 30 ਤਰੀਕ ਨੂੰ ਟੈਸਟ ਹੋਣਾ ਸੀ ਉਹ ਜਿਹੜਾ ਆ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ 30 ਮਈ ਨੂੰ ਜਿਹੜਾ ਟੈਸਟ ਹੋਣਾ ਸੀ ਕਈਆਂ ਦਾ ਜਿਵੇਂ ਤੁਸੀਂ ਜਲੰਧਰ ਵਾਲਿਆਂ ਨੇ ਟੈਸਟ ਦੇਣਾ ਸੀ ਫਿਰੋਜ਼ਪੁਰ ਵਾਲਿਆਂ ਟੈਸਟ ਦੇਣਾ ਸੀ ਲੁਧਿਆਣੇ ਵਾਲਿਆਂ ਟੈਸਟ ਦੇਣਾ ਸੀ ਪਟਿਆਲੇ ਵਾਲਿਆਂ ਟੈਸਟ ਦੇਣਾ ਸੀ ਤੇ ਵੀਰ ਜੀ ਇਹ ਸਾਰਾ ਜਿਹੜਾ ਟੈਸਟ ਸੀ ਜਿਨ੍ਹਾਂ ਦੇ ਐਮਚ ਪਏ ਸੀ ਜਾਂ ਫਿੱਟ ਸੀ ਉਹਨਾਂ ਦਾ 30 ਮਈ ਨੂੰ ਇਹ ਟੈਸਟ ਹੋਣਾ ਸੀ ਪਰ ਇਹ ਟੈਸਟ ਦੇ ਜਿਹੜੇ ਐ ਕੈਨਸਲ ਕਰ ਦਿੱਤਾ ਗਿਆ ਇਹ ਹੁਣ ਟੈਸਟ ਜਿਹੜਾ ਜੂਨ ਜੁਲਾਈ ਦੇ ਤਕਰੀਬਨ ਹੋਏਗਾ ਬਾਕੀ ਹਜੇ ਪੂਰਾ ਅਪਡੇਟ ਨਹੀਂ ਆਇਆ ਪਰ ਅਪਡੇਟ ਇਹ ਆ ਚੁੱਕਾ ਆ ਕਿ ਜਿਹੜਾ ਟੈਸਟ ਹੋਣਾ ਸੀ ਉਹ ਕੈਨਸਲ ਕਰ ਦਿੱਤਾ ਹੈ ਹੁਣ ਮੈਂ ਤੁਹਾਨੂੰ ਲਾਈਵ ਦਿਖਾਵਾਂਗਾ ਕਿ ਕਿੱਥੇ ਆ ਕਿੱਥੇ ਤੁਸੀਂ ਦੇਖ ਸਕਦੇ ਹੋ ਕਿ ਟੈਸਟ ਜਿਹੜਾ ਕੈਨਸਲ ਕਰ ਦਿੱਤਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਜੁਆਇਨ ਇੰਡੀਅਨ ਆਰਮੀ ਤੇ ਆ ਜਾਣਾ ਹੈ ਵੈਬਸਾਈਟ ਤੇ ਉਸ ਤੋਂ ਬਾਅਦ ਵੀਰ ਜੀ ਆ ਦੇਖੋ ਧਿਆਨ ਨਾਲ ਦੇਖੋ ਜੀ ਆ ਵਿਊ ਵਾਲ ਤੇ ਓਕੇ ਕਰ ਦੇਣਾ ਆ ਵਿਊ ਵਾਲ ਤੇ ਓਕੇ ਕਰਦੇ ਆਂ ਹੀ ਸਭ ਤੋਂ ਪਹਿਲੇ ਨੰਬਰ ਤੇ ਨੋਟੀਫਿਕੇਸ਼ਨ ਜਿਹੜਾ ਆ ਆ ਦੇਖੋ ਵੀਰ ਜੀ ਆਵੇ ਕੋ ਇੱਥੇ ਪੜ ਕੇ ਹੁਣ ਚੰਗੀ ਤਰ੍ਹਾਂ ਦੇਖੋ ਮੈਂ ਜ਼ੂਮ ਥੋੜਾ ਕਰ ਦਿੰਨਾ ਆ। ਆ ਦੇਖੋ ਆ ਦੇਖੋ ਹੁਣ ਧਿਆਨ ਨਾਲ ਦੇਖਿਓ ਵੀਰ ਜੀ। ਕੰਟੈਕਟ ਆਫ ਕਾਮਨ ਇੰਟਰਸਟ ਐਗਜ਼ਾਮ ਸੀਈਈ 30 ਮਈ ਨੂੰ ਜਿਹੜਾ 2021 ਜਰਨਲ ਜੀਡੀ ਟੈਕਨੀਕਲ ਟਰੇਡਮੈਨ 8ਵੀਂ 10ਵੀਂ ਪਾਸ ਜਿਹੜੇ ਕਲਰਕ ਐ ਐਸਕੇਟੀ ਦਾ ਜਿਹੜਾ ਟੈਸਟ ਹੋਣਾ ਸੀ ਉਹ ਕੈਨਸਲ ਕਰ ਦਿੱਤਾ ਗਿਆ ਕੋਵਿਡ 19 ਦੇ ਚੱਲਦਿਆਂ। ਜਮਾਤ ਮਤਲਬ ਇਹ ਆ ਕਿ ਕੋਰੋਨਾ ਵਾਇਰਸ ਦੇ ਕਰਕੇ ਜਿਹੜਾ ਇਗਜ਼ਾਮ ਹੀ ਉਹ ਕੈਨਸਲ ਕਰ ਦਿੱਤਾ ਚਾਹੇ ਉਹ ਜੀਡੀ ਦਾ ਇਗਜ਼ਾਮ ਹੀ ਚਾਹੇ ਉਹ ਟੈਕਨੀਕਲ ਦਾ ਸੀ ਚਾਹੇ ਉਹ ਕਲਰਕ ਦਾ ਸੀ ਸਾਰੇ ਇਗਜ਼ਾਮ ਕੈਨਸਲ ਕਰ ਦਿੱਤੇ ਗਏ ਨੇ ਆ ਦੇਖੋ ਹੁਣ ਮੈਂ ਇਸ ਨੂੰ ਓਪਨ ਕਰ ਲੈਣਾ ਵੈਬਸਾਈਟ ਨੂੰ ਤੇ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਵੀਰ ਜੀ ਆ ਦੇਖੋ ਮੈਂ ਤੁਹਾਨੂੰ ਪੂਰਾ ਭਰਾ ਵੀ ਦਿੰਨਾ ਹੈ ਕਿ ਕੀ ਲਿਖਿਆ ਹੋਇਆ ਹੈ ਕੰਟੈਕਟ ਆਫ ਕਾਮਨ ਇੰਟਰਸ ਐਗਜ਼ਾਮ ਸੀਈਈ 3 ਮਈ ਯਾ ਐਗਜ਼ਾਮ ਹੋਣਾ ਸੀ ਵੀਰ ਜੀ ਉਹ ਸ਼ੋਲਡਰ ਜੀਡੀ ਦਾ ਹੀ ਚਾਹੀਏ ਉਹ ਕਲਰਕ ਦਾ ਹੀ ਚਾਹੇ ਉਹ ਐਸਕੇਟੀ ਕਲਰਕ ਦਾ ਹੀ ਚਾਹੇ ਉਹ ਟਰੇਡਮੈਨ ਦਾ ਸੀ ਵੀਰ ਜੀ ਉਹ ਸਾਰੇ ਇਗਜ਼ਾਮ ਜਿਹੜਾ ਆ ਉਹ ਵੀਰ ਜੀ ਕੈਨਸਲ ਕਰ ਦਿੱਤੇ ਗਏ ਨੇ ਤੇ ਇਹ ਇਗਜ਼ਾਮ ਕੈਨਸਲ ਕਿਉਂ ਕੀਤਾ ਗਿਆ ਕੋਵਿਡ 19 ਮਤਲਬ ਕਿ ਕਰੋਨਾ ਵਾਇਰਸ ਦੇ ਵਾਧੇ ਕਾਰਨ ਇਹ ਇਗਜ਼ਾਮ ਜਿਹੜਾ ਹੈ ਉਹ ਕੈਨਸਲ ਕਰ ਦਿੱਤਾ ਗਿਆ ਇਹ ਇਗਜ਼ਾਮ ਜਿਹੜਾ ਹੈ ਦੁਬਾਰਾ ਜਿਹੜਾ ਹੋਰ ਕਿਤੇ ਹੋਏਗਾ ਤਕਰੀਬਨ ਜੂਨ ਜੁਲਾਈ ਦੇ ਵਿੱਚ ਇਹਦੇ ਸਾਰ ਨੇ ਕਿ ਜੂਨ ਜੁਲਾਈ ਦੇ ਵਿੱਚ ਹੀ ਇਹ ਇਗਜ਼ਾਮ ਹੋਏਗਾ ਇਹ ਬਹੁਤ ਹੀ ਵੱਡੀ ਅਪਡੇਟ ਹੈ ਵੀਰ ਜੀ ਕਿਉਂਕਿ ਕਾਫੀ ਮੁੰਡਿਆਂ ਨੇ ਸਾਰੇ ਦੇਸ਼ ਦੇ ਵਿੱਚ ਮੁੰਡਿਆਂ ਨੇ ਟੈਸਟ ਦੇਣਾ ਸੀ 30 ਮਈ ਨੂੰ ਤੇ ਇਹ ਟੈਸਟ ਜਿਹੜਾ ਆ ਕੈਂਸਲ ਕਰ ਦਿੱਤਾ ਗਿਆ ਆ ਇਸ ਦੀ ਤਿਆਰੀ ਲਈ ਮੈਂ ਸੋਚਾਂ ਤੇ ਤੁਹਾਨੂੰ ਕਾਫੀ ਟਾਈਮ ਮਿਲ ਗਿਆ ਇਸ ਕਰਕੇ ਇੰਡੀਅਨ ਆਰਮੀ ਦੀ ਜਿਹੜੀ ਆ ਤੁਸੀਂ ਜਿਹੜਾ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੇ ਇੰਡੀਅਨ ਆਰਮੀ ਦੇ ਪੇਪਰਾਂ ਦੀ ਕਾਫੀਆਂ ਵੀਡੀਓ ਪਈਆਂ ਹੋਈਆਂ ਨੇ ਉਹਨਾਂ ਨੂੰ ਪਰ ਕੇ ਤੁਸੀਂ ਤਿਆਰੀ ਕਰ ਸਕਦੇ ਹੋ ਅੱਜ ਸ਼ਾਮ ਨੂੰ ਇੱਕ ਵੀਡੀਓ ਹੋਰ ਮਿਲ ਜੇਗੀ ਜਿਹਦੇ ਵਿੱਚ ਤਕਰੀਬਨ 100 ਸੋ ਨੰਬਰ ਦਾ ਜਿਹੜਾ ਐਗਜ਼ਾਮ ਪੂਰਾ ਹੋਏਗਾ ਜੀਡੀ ਦਾ ਤੇ ਵੀਰ ਜੀ ਉਹ ਵੀ ਤੁਸੀਂ ਪੜ ਕੇ ਤਿਆਰੀ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬਹੁਤ ਹੀ ਵੱਡੀ ਅਪਡੇਟ ਹੈ ਜੈ ਹਿੰਦ ਦੋਸਤੋ